ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਬੀਤੇ ਦਿਨੀ ਹੋਏ ਇੱਕ ਅੰਨੇ ਕਤਲ ਦੀ ਗੁੱਥੀ ਦਾ ਪਰਦਾਫਾਸ਼ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਲੱਕੀ ਕਪੂਰ ਅਤੇ ਅਜੇ ਵਜੋਂ ਹੋਈ ਹੈ। ਇਸ ਸਬੰਧੀ SHO ਥਾਣਾ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਦਾ ਕਤਲ ਲੱਕੀ ਕਪੂਰ ਅਤੇ ਅਜੇ ਨੇ 10,000 ਰੁਪਏ ਖੋਹਣ ਬਦਲੇ ਕੀਤਾ ਸੀ, ਜਿਨ੍ਹਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਇੱਕ ਡੈੱਡ ਬੋਡੀ ਮਿਲੀ ਸੀ, ਉਹਦੇ ਸੰਬੰਧ ਵਿੱਚ ਜਿਹੜਾ ਲੱਕੀ ਕਪੂਰ ਅਤੇ ਅਜੇ ਵਾਸੀ ਨੇ ਕਪੂਰਥਲਾ ਨੂੰ ਜਿਹੜਾ ਅਰੈਸਟ ਕੀਤਾ ਗਿਆ, ਜਿਹੜਾ ਇਹਨਾਂ ਨੇ ਕਤਲ ਕਰਕੇ ਉਹਨੂੰ ਇੱਥੇ ਡੈੱਡ ਬੋਡੀ ਜਿਹੜੀ ਲੈ ਕੇ ਇੱਧਰ ਆ ਰਹੇ ਸੀ, ਜਿਹੜੇ ਪਿੰਡਾਂ ਦੇ ਨਾਮ ਬਦਨਾਮ ਉੱਥੇ ਇਹਨਾਂ ਸੁੱਟਣਾ ਸੀ, ਅਤੇ ਉਹਨੇ ਡੈੱਡ ਬੋਡੀ ਉੱਥੇ ਡਿੱਗ ਪਈ। ਡਿੱਗਣ ਕਾਰਨ ਜਿਹੜਾ ਉੱਥੇ ਹੀ ਛੱਡ ਕੇ ਦੌੜ ਗਏ, ਅਤੇ ਹੁਣ ਜਿਹੜਾ ਇਹਦਾ ਮੋਟਰਸਾਈਕਲ ਨੰਬਰ ਜਿਹੜਾ ਹੈਗਾ PB08DN9498 ਜਿੱਥੇ ਲੈ ਕੇ ਆਏ ਉਹ ਵੀ, ਅਤੇ 10,000 ਰੁਪਏ ਜਿੱਥੋਂ ਇਹਨਾਂ ਦਾ ਝਗੜਾ ਹੋਇਆ ਸੀ, ਜਿਹਦੇ ਸੰਬੰਧ 'ਚ ਇਹਨਾਂ ਕਤਲ ਕੀਤਾ ਉਹ ਵੀ ਸਾਰਾ ਬਰਾਮਦ ਹੋ ਚੁੱਕਾ। ਇਸਨੇ ਇਹਨਾਂ ਪੈਸੇ ਖੋਹਣ ਦੀ ਖਾਤਰ ਜਿਹੜਾ ਇਹ ਗੁੱਥੋ ਗੁੱਥੀ ਹੋਈ, ਅਤੇ ਇਹਨਾਂ ਧੱਕਾ ਮਾਰਿਆ ਅਤੇ ਉਹ ਡਿੱਗਿਆ ਅਤੇ ਸਿਰ 'ਤੇ ਸੱਟ ਲੱਗ ਗਈ। ਉਸ ਤੋਂ ਬਾਅਦ ਇਹਨਾਂ ਜਿਹੜੇ ਉਹਨੂੰ ਦਵਾਈ ਦਿੱਤੀ। ਇਹ ਜਿਹੜਾ ਹੈਗਾ ਲੱਕੀ ਕਪੂਰ, ਇਹ ਅਤੇ ਜਿਹੜਾ ਮਰਨ ਵਾਲਾ ਜਤਿੰਦਰ ਆ, ਉਹ ਦੋਵੇਂ ਪਿੱਛੋਂ ਪਿਛਲੇ ਦੋਸਤ ਹੀ ਛੋਟੇ ਹੁੰਦੇ, ਅਤੇ ਉਹ ਮਲਸੀਆਂ ਦੇ ਦੋਵੇਂ ਰਹਿਣ ਵਾਲੇ, ਅਤੇ ਜਿਹੜਾ ਇਹ ਚਿੰਤਪੁਰਨੀ ਤੋਂ ਆਇਆ ਸੀ, ਉਸ ਦਾ ਆਪਣੇ ਘਰ ਜਾਣ ਦੀ ਬਜਾਏ ਆਪਣੇ ਦੋਸਤ ਕੋਲ ਆ ਗਿਆ।